ਜੁੱਗ ਬਦਲ ਗਿਆ ਸਰ ਕਾਂਗਰਸ ਕਾਲੀਆਂ ਨੂੰ ਵਹਿਮ ਹੈ ਕਿ ਖਰੇ ਦੁਨੀਆ ਸਾਡੇ ਵਾਲ ਆ ਜਾਣੀ ਹੈ ਕਿਹੜੀ ਭਾਰਤ ਜੋੜੋ ਜਾਤਾ ਕਾਂਗਰਸ ਜੁੜ ਜੇ ਇੰਨੀ ਬਹੁਤ ਹੈ ਸਰ ਤੁਹਾਨੂੰ ਲੱਗਦਾ ਕਿ 138 ਸਾਲ ਪੁਰਾਣੀ ਪਾਰਟੀ ਮੈਂ ਕੱਲ ਪਰਸੋਂ ਪੜ੍ਹਨ ਡਿਆ ਸੀ ਸਰ ਉਹ ਤਾਂ ਹੁਣ ਉਹ ਭਾਰਤ ਜੋੜੋ ਜਾਤਾ ਦਾ ਜਿਹੜੀ ਕਾਹਦੀ ਜਾਤਾ ਦਾ ਅਸੀਂ ਗੁਜਰਾਤ 'ਚ ਸੀਗੇ ਅਤੇ ਉੱਥੇ ਤਾਂ ਰਾਹੁਲ ਗਾਂਧੀ ਜੀ ਗਏ ਨਹੀਂ ਕਾਂਗਰਸ ਸਮਾਂ ਵਹਾ ਚੁੱਕੀ ਚੀਜ਼ ਹੈ ਸਰ ਆਹ ਜਿਹੜੇ ਤੁਹਾਡੇ ਕੋਲ ਕੈਮਰੇ ਸਾਹਮਣੇ ਤੁਸੀਂ ਹੱਥਾਂ 'ਚ ਫੜੇ ਹੋ ਨਾ ਇੱਕ ਸਾਲ ਬਾਅਦ ਇਹ ਕੈਮਰੇ ਨਹੀਂ ਤੁਹਾਡੇ ਕੋਲ ਨਵੀਆਂ ਚੀਜ਼ਾਂ ਆ ਗਈਆਂ ਨਵਾਂ ਯੁੱਗ ਆ ਰਿਹਾ ਸਰ ਇਹ ਕੈਮਰੇ ਨਹੀਂ ਰਹਿਣੇ ਯੁੱਗ ਬਦਲ ਗਿਆ ਸਰ ਕਾਂਗਰਸ ਅਕਾਲੀਆਂ ਨੂੰ ਵਹਿਮ ਹੈ ਕਿ ਖਰੇ ਦੁਨੀਆ ਸਾਡੇ ਵੱਲ ਆ ਜਾਣੀ ਹੈ ਸਰ ਯੁੱਗ ਬਦਲੇ ਨਾਲ ਨਵੀਆਂ ਚੀਜ਼ਾਂ ਅੱਗੇ ਆਉਂਦੀਆਂ ਖੰਨਾ ਜੀ ਪੁਰਾਣੀਆਂ ਚੀਜ਼ਾਂ ਨਹੀਂ ਆਉਂਦੀਆਂ ਇਹ ਲੋਕਾਂ ਨੇ ਸਾਜੀ ਲੋਕਾਂ ਨੇ ਇਹ ਚੀਜ਼ਾਂ ਲੋਕਾਂ ਨੇ ਚੂਜ਼ ਕਰਕੇ ਦੇਖ ਚੁੱਕੇ ਆ ਬਹੁਤ ਲੰਮਾ ਸਮਾਂ 75 ਸਾਲ ਕਿਹੜੀ ਭਾਰਤ ਜੋੜੋ ਜਾਤਾ ਕਾਂਗਰਸ ਜੁੜ ਜੇ ਇੰਨੀ ਬਹੁਤ ਹੈ ਮੈਨੂੰ ਤਾਂ ਆ ਵੀ ਉਹ ਪੰਜਾਬ ਦੀ ਕਾਂਗਰਸ ਜੋੜ ਜਾਣ ਰਾਜੇ ਬੜਿੰਗ ਨੂੰ ਪ੍ਰਤਾਪ ਬਾਜਵੇ ਨਾਲ ਜੋੜ ਜਾਣ ਪ੍ਰਤਾਪ ਬਾਜਵੇ ਨੂੰ ਚੰਨੀ ਨਾਲ ਜੋੜ ਜਾਣ ਚੰਨੀ ਨੂੰ ਸਿੱਧੂ ਸਾਹਿਬ ਆ ਰਹੇ ਵੇਖਿਓ ਤੁਸੀਂ ਕੀ ਬਣਦਾ ਸਿੱਧੂ ਸਾਹਿਬ ਨਾਲ ਜੋੜ ਜਾਣ ਸਿੱਧੂ ਨੂੰ ਸੁੱਖੀ ਵਧਾਵੇ ਨਾਲ ਜੋੜ ਜਾਣ ਸਮਝ ਲਓ ਕਿ ਇਹ ਕਾਂਗਰਸ ਜੋੜੋ ਜੇ ਹੋ ਜੇ ਉਹ ਵੀ ਹੋਣੀ ਦੀ ਜੇ ਹੋ ਜੇ ਤਾਂ ਬਹੁਤ ਚੰਗੀ ਗੱਲ ਹੈ ਬਾਕੀ ਕੀ ਕਾਂਗਰਸ ਚੋਂ ਕੱਢਣਾ ਅਤੇ ਕੀ ਕਿਸੇ ਨੇ ਪਾਉਣਾ ਕੰਮ ਖਤਮ ਹੋ ਗਿਆ ਹਾਂਜੀ ਨਹੀਂ ਨਹੀਂ ਵੇਖੋ ਜੇ ਜਿਹੜੀ ਵੀ ਚੀਜ਼ ਦਾ ਮਸਲਾ ਹੱਲ ਕਰ ਦੇ ਤੁਹਾਨੂੰ ਪਤਾ ਨਾ ਉਹ ਬਿਲਕੁਲ ਸਹੀ ਉਹਦਾ ਮਸਲਾ ਹੱਲ ਹੋਊਗਾ ਜਿਹੜੇ ਲੋਕਾਂ ਦੇ ਘਰ ਉਜਾੜੇ ਗਏ ਉਹਨਾਂ ਦਾ ਠੀਕ ਹੋ ਜਾਊਗਾ ਕੋਈ ਦਿੱਕਤ ਮੇਰਾ ਤੁਹਾਡੇ ਰਾਹੀਂ ਸਭ ਪੰਜਾਬੀਆਂ ਨੂੰ ਸੱਦਾ ਜਿਹਦਾ ਤੁਸੀਂ ਕਿਹਾ ਬੜਾ ਹਿਸਟੋਰੀਕਲ ਪਿੰਡ ਹੈ ਟਾਰੀ ਜੇ ਉੱਥੋਂ ਦੇ ਬੰਦੇ ਲਿਖ ਕੇ ਦੇਣ ਪਿੰਡ ਵਾਲੇ ਲਿਖ ਦੇਣ ਸਾਨੂੰ ਕਿ ਆਹ ਜ਼ਮੀਨ ਹੈ ਜੀ ਆਹ ਚੱਕਰ ਹੈ ਇਹਦਾ ਆਹ ਕਰਾ ਦਿਉ ਅਤੇ ਮੈਂ ਸਭ ਤੋਂ ਅੱਗੇ ਲਾ ਕੇ ਜੀ ਆਹ ਟਾਰੀ ਵਾਲੇ ਦੇ ਪਿੰਡ ਦੀ ਜ਼ਮੀਨ ਜਿਹੜੀ ਆਪਾਂ ਛਡਾਵਾਂਗੇ ਤੁਸੀਂ ਕਾਂਗਰਸ ਨੇ ਚਿੱਠੀ ਲਿਖੀ ਆ ਕੇਂਦਰ ਸਰਕਾਰ ਨੂੰ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਭਾਰਤ ਜੋੜੋ ਯਾਤਰਾ ਦੇ ਕਿਤੇ ਵੀ ਹਮਲਾ ਹੋ ਸਕਦਾ ਵਾ ਸ਼ਰਾਰਤੀ ਅਸਰ ਆ ਸਕਦੇ ਸਿਕਿਉਰਟੀ ਕੀਤੀ ਗਈ ਨਹੀਂ ਕੋਈ ਇੱਦਾਂ ਦੀ ਗੱਲ ਨਹੀਂ ਕੋਈ ਜਦ ਕਾਂਗਰਸੀਆਂ ਦੀਆਂ ਗੱਲਾਂ ਤਾਂ ਤੁਸੀਂ ਯਕੀਨ ਕਰੀ ਜਾਂਦੇ ਆ ਛੱਡੋ ਹੋਰ ਕੋਈ ਗੱਲ ਕਰੋ ਚਾਹ ਪੀਏ ਆਪਾਂ ਚਾਹ ਪੀਏ ਹੁਣ ਹੁਣ ਚਾਹ ਪੀ ਲਈਏ ਕੋਈ ਗੱਲ ਨਹੀਂ ਦੇਖੋ ਸਾਡੇ ਮਤਲਬ ਇਨਵੈਸਟਮੈਂਟ ਕਿੱਦਾਂ ਦੀ ਹੈ ਪਹਿਲੀ ਤਾਂ ਸੁਣੋ ਮੈਂ ਤੁਹਾਨੂੰ ਦੱਸ ਦਿਆਂ ਮੈਂ ਸੁਣੋ ਸਰ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਬਹੁਤ ਸਾਰੇ ਐਨ ਆਰ ਆਈ ਮੇਰੇ ਕੋਲ ਕੁੱਲ ਟੋਟਲ ਗਿਣਤੀ ਦਿੰਦੇ ਹਾਂ ਬਹੁਤ ਸਾਰੇ ਐਨ ਆਰ ਆਈਆਂ ਨੇ ਆਪਣੇ ਪਿੰਡਾਂ ਦੇ ਸਕੂਲ ਆਪਣੇ ਹੋਸਪਿਟਲ ਆਪਣੇ ਪਿੰਡਾਂ ਦੇ ਗੰਦੇ ਪਾਣੀ ਲਈ ਚੰਗੇ ਪਾਣੀ ਪੀਣ ਲਈ ਹਰ ਚੀਜ਼ ਲਈ ਬਹੁਤ ਸਾਰੇ ਐਨ ਆਰ ਆਈ ਅੱਗੇ ਆਏ ਔਰ ਬਹੁਤ ਸਾਰੇ ਥਾਵਾਂ 'ਤੇ ਮੈਂ ਜਾ ਕੇ ਆਪ ਉਦਘਾਟਨ ਕਰਕੇ ਆਇਆ ਕਿਤੇ ਨੀਂਹ ਪੱਥਰ ਰੱਖ ਕੇ ਆਇਆ ਜਿੱਥੇ ਸਾਡੇ ਐਨ ਆਰ ਆਈ ਮੈਂ ਉੱਥੇ ਚੱਲ ਜਾਂਦਾ ਔਰ ਮੈਨੂੰ ਲੱਗਦਾ ਕਿ ਆਹ ਜਿਹੜਾ ਅਸੀਂ ਕੀਤਾ ਇਹ ਤੋਂ ਬਾਅਦ ਅਗਲੇ ਸਾਲ ਬਹੁਤ ਸਾਰੇ ਐਨ ਆਰ ਆਈ ਜਿਹੜੇ ਪੰਜਾਬ 'ਚ ਆਉਣਗੇ ਉਹ ਸਭ ਨੂੰ ਵੈਲਕਮ ਹੈ ਸਭ ਨੂੰ ਜੀ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ